ਦੇਖੀ ਜੀ ਸਾਡੇ ਸਾਡੇ ਸਖਤ ਮੋਰਚੇ ਵੱਲੋਂ ਕੱਲ ਦੀ ਉੱਥੇ ਜੋ ਆਹਾਨ ਕੀਤਾ ਗਿਆ ਕਿਸਾਨੀ ਆ ਮਾ ਪੰਚਾਇਤ ਦਾ ਉਹਦੇ ਵਿੱਚ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਕੁ ਖੇਤਰ ਤੋਂ ਅਸੀਂ ਜਾ ਰਹੇ ਹਾਂ ਉੱਥੇ ਤੇ ਇਸ ਤੋਂ ਪਹਿਲਾਂ ਅਸੀਂ ਹਰਿਆਣਾ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਸੀ ਟਾਈਮ ਦਿੱਤਾ ਸੀ ਸਖਤ ਮੋਰਚੇ ਨੇ ਟਾਈਮ ਦਿੱਤਾ ਸੀ ਕਿਸਾਨਾਂ ਨੇ ਟਾਈਮ ਦਿੱਤਾ ਸੀ ਕਿ ਉਹ ਐਸ ਡੀ ਐਮ ਦੇ ਖਿਲਾਫ ਕਾਰਵਾਈ ਕੀਤੀ ਜਾਏ ਇਹਨਾਂ ਨੇ ਉਹਦੇ ਖਿਲਾਫ ਕਾਰਵਾਈ ਕਰਨ ਦੇ ਬਜਾਏ ਉਹਨੂੰ ਤਰੱਕੀ ਦਿੱਤੀ ਉਹਨੂੰ ਕੋਈ ਸਸਪੈਂਡ ਨਹੀਂ ਕੀਤਾ ਉਹਨੂੰ ਇਥੋਂ ਬਦਲ ਕੇ ਉਹਨੂੰ ਤਰੱਕੀ ਕੀਤੀ ਮੁੱਖ ਮੰਤਰੀ ਆਪਣੇ ਕੋਲ ਚੰਡੀਗੜ੍ਹ ਲੈ ਗਿਆ ਇਹ ਕਿਸਾਨਾਂ ਨੂੰ ਦਬਾਣਾ ਚਾਹੁੰਦੇ ਨੇ ਕਿਸਾਨਾਂ ਦਾ ਮਜ਼ਾਕ ਬੁਲਾਣਾ ਚਾਹੁੰਦੇ ਨੇ ਇਹ ਕਿਸਾਨ ਜਿੱਥੇ ਦੇਸ਼ ਦਾ ਪੇਟ ਭਰਦਾ ਹੈ ਤੇ ਆਪਣੇ ਹੱਕ ਲੈਣਾ ਵੀ ਜਾਣਦਾ ਹੈ ਤੇ ਕੱਲ ਉਥੋਂ ਆਪਣੇ ਹੱਕ ਲੈ ਕੇ ਵਾਪਸ ਆਵਾਂਗੇ ਜਿਹੜਾ ਕਰਨਾਲ ਵਿਸਤਾੜਾ ਟੋਲ ਦਾ ਦੇਖਿਏ ਜਿਹੜਾ ਇਹਨਾਂ ਨੇ ਉੱਥੇ लाठी चार्ज ਕੀਤਾ ਹੈ ਇਹ ਹਿਟਲਰ ਨੂੰ ਵੀ ਫੇਲ ਕਰ ਦਿੱਤਾ ਹੈ ਜਿਵੇਂ ਹਿਟਲਰ ਦਬਾਉਂਦਾ ਸੀ ਜੇਕਰ ਉਹਦੇ ਖਿਲਾਫ ਕੋਈ ਬੋਲਦਾ ਸੀ ਤੇ ਉਹਨਾਂ ਨੂੰ ਦਬਾ ਦਿੰਦਾ ਸੀ ਅੱਜ ਖੱਟਰ ਉਹ ਹਿਟਲਰ ਨੂੰ ਫੇਲ ਕਰਕੇ ਇਹ ਐਸੀ ਨੀਤੀ ਬਣਾ ਕਰ ਰਿਹਾ ਹੈ ਐਸਾ ਮਾਹੌਲ ਪੈਦਾ ਕਰ ਰਿਹਾ ਹੈ ਕਿ ਇਹਦੇ ਖਿਲਾਫ ਕੋਈ ਵੀ ਬੋਲੇਗਾ ਉਹਨੂੰ लाठी ਨਾਲ ਡੰਡੇ ਨਾਲ ਕਾਨੂੰਨ ਨਾਲ ਪਰਚੇ ਦਰਜ ਕਰਕੇ ਦਬਾ ਦਿੱਤਾ ਜਾਏਗਾ ਇੱਕ ਅਸੀਂ ਕਿਸਾਨ ਦੇ ਬੱਚੇ ਆ ਕਿਸਾਨ ਕਦੀ ਵੀ ਨਾ ਲਾਠੀ ਤੋਂ ਡਰੇਗਾ ਨਾ ਪਰਚਿਆਂ ਤੋਂ ਡਰੇਗਾ ਇਹ ਆਪਣਾ ਜੋਰ ਲਾ ਲੈਣ ਅਸੀਂ ਤਿੰਨ ਕਾਲੇ ਕਾਨੂੰਨ ਜਦੋਂ ਤੱਕ ਵਾਪਸ ਨਹੀਂ ਆਉਂਦੇ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਕੋਣ ਕਰਤੀ ਕੀ ਇਹ ਬੱਚਿਆਂ ਦੀ ਪੜਾਈ ਦੇਖੋ ਜੀ ਇੰਟਰਨੈਟ ਜਿਹੜੀ ਇਹਨਾਂ ਸੇਵਾ ਕੀਤੀ ਬੰਦ ਕਰ ਦਿੱਤੀ ਏ ਬਹੁਤ ਹੀ ਸ਼ਰਮਨਾਕ ਇਹ ਡਰ ਇਹਨਾਂ ਦੇ ਅੰਦਰ ਮਾਹੌਲ ਜਿਹੜਾ ਡਰ ਇਹ ਨਾ ਉਹ ਸਾਫ਼ ਨਜ਼ਰ ਆ ਰਿਹਾ ਹੈ ਇੰਟਰਨੈਟ ਜਿਹੜਾ ਹੈ ਅੱਜ ਬੱਚਿਆਂ ਦੀ ਪੜ੍ਹਾਈ ਦਾ ਟਾਈਮ ਚੱਲ ਰਿਹਾ ਹੈ ਉਹਨਾਂ ਦੀ ਪੜ੍ਹਾਈ ਬਿਜ਼ਨਸ ਜਿਹੜਾ ਹੈ ਅੱਜ ਇੰਟਰਨੈਟ ਦੇ ਨਾਲ ਜੁੜਿਆ ਹੋਇਆ ਹੈ ਇਹ ਲੋਕਾਂ ਦੇ ਕਾਰੋਬਾਰ ਬੱਚਿਆਂ ਦਾ ਭਵਿੱਖ ਹੈ ਤੱਕ ਦਾਅਬੇ ਲਵਾ ਸਕਦੇ ਨੇ ਆਪਣੀ ਇੱਜ਼ਤ ਬਚਾਉਣ ਵਾਸਤੇ ਇਸ ਤੋਂ ਜ਼ਿਆਦਾ ਸ਼ਰਮਨਾ ਗੱਲ ਸ਼ਾਇਦ ਕੋਈ ਨਹੀਂ ਹੋ ਸਕਦੀ